ਗੁਰਦਾਸ ਮਾਨ ਨੇ ਕਰੋਨਾ ਵਾਇਰਸ ਖਿਲਾਫ ਲੜਾਈ ਲੜ ਰਹੇ ਪੂਰੀ ਦੁਨੀਆ ਦੇ ਲੋਕਾਂ ਨੂੰ ਇੱਕ ਵੀਡੀਓ ਰਾਹੀਂ ਸੁਨੇਹਾ ਦਿੱਤਾ ਹੈ। ਪਿਆਰੇ ਦੋਸਤੋ, ਜਿਸ ਤਰ੍ਹਾਂ ਦੇ ਹਾਲਾਤ ਚੱਲ ਰਹੇ ਨੇ, ਜਿਸ ਤਰ੍ਹਾਂ ਦੀ ਬਿਮਾਰੀ ਚੱਲ ਰਹੀ ਹੈ, ਮਹਾਂਮਾਰੀ ਚੱਲ ਰਹੀ ਹੈ, ਔਰ ਬਹੁਤ ਤਲਖ ਹਾਲਾਤ ਚੱਲ ਰਹੇ ਨੇ ਇਸ ਵੇਲੇ, ਉਹਨਾਂ ਸਾਰਿਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਿਰਫ ਇੱਕ ਦੇਸ਼ ਨੂੰ ਹੀ ਨਹੀਂ ਬਲਕਿ ਪੂਰੀ ਦੁਨੀਆ ਨੂੰ ਇਹ ਸੋਚਣਾ ਪੈਣਾ ਕਿ ਇਸ ਕਰੋਨਾ ਵਰਗੀ ਮਹਾਂਮਾਰੀ ਦਾ ਸਾਹਮਣਾ ਕਿਸ ਤਰ੍ਹਾਂ ਕਰਨਾ। ਪੁਲਿਸ ਮਹਿਕਮਾ ਦੇ ਲਈ ਵਚਨਬੱਧ ਹੈ, ਡਾਕਟਰਸ ਵਚਨਬੱਧ ਨੇ, ਔਰ ਨਰਸਿਸ ਵਚਨਬੱਧ ਨੇ, ਸਫਾਈ ਕਰਮਚਾਰੀ ਵਚਨਬੱਧ ਨੇ, ਹਰ ਬੰਦਾ ਆਪਣੇ ਤਰੀਕੇ ਨਾਲ ਇੱਕ ਫੌਜੀ ਦੀ ਤਰ੍ਹਾਂ ਦੇਸ਼ ਦੀ ਇਸ ਮਹਾਂਮਾਰੀ ਲਈ ਲੜ ਰਿਹਾ ਹੈ। ਉਹਨਾਂ ਯੋਧਿਆਂ ਨੂੰ ਮੈਂ ਸਲਿਊਟ ਕਰਦਾ, ਔਰ ਸਾਨੂੰ ਸਭ ਨੂੰ ਉਹਨਾਂ ਦਾ ਖਿਆਲ ਰੱਖਣਾ ਚਾਹੀਦਾ। ਇਹ ਨਹੀਂ ਕੋਈ ਬੰਦਾ ਤੁਹਾਨੂੰ ਪੁਲਿਸ ਮਹਿਕਮੇ ਦਾ ਕੋਈ ਕਰਮਚਾਰੀ ਤੁਹਾਨੂੰ ਰੋਕ ਰਿਹਾ, ਔਰ ਤੁਸੀਂ ਕਹਿ ਰਹੇ ਹੋ ਅਸੀਂ ਨਹੀਂ ਰੁਕ ਸਕਦੇ ਜੀ, ਅਸੀਂ ਤਾਂ ਬਾਹਰ ਨਿਕਲਦੇ ਹੁੰਦੇ, ਅਸੀਂ ਤਾਂ ਐਂ ਕਰਦੇ ਹੁੰਦੇ ਜੀ, ਐਂ ਨਹੀਂ ਕਰਨਾ, ਐਂ ਨਹੀਂ ਚੱਲਣਾ। ਉਹਨਾਂ ਦੇ ਬਾਰਡਰ ਨੂੰ ਪਿਆਰ ਸਤਿਕਾਰ ਦੇ ਨਾਲ ਮੰਨਣਾ, ਕਿਉਂਕਿ ਇਹ ਸਾਰਿਆਂ ਦਾ ਭਲਾ ਹੈ। ਗੁਰੂ ਨਾਨਕ ਸਾਹਿਬ ਇਹੀ ਕਹਿੰਦੇ ਆਏ ਨੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਦਾ ਭਲਾ। ਜੇ ਆਪਣਾ ਖਿਆਲ ਰੱਖੋਗੇ, ਆਪਣਾ ਖਿਆਲ ਰੱਖੋਗੇ ਤਾਂ ਹੀ ਆਪਣੇ ਮੁਲਕ ਦਾ ਖਿਆਲ ਰੱਖੋਗੇ। ਵੈਸੇ ਵੀ ਇੱਥੇ ਬਹੁਤ ਕਿਰਪਾ ਵਾਹਿਗੁਰੂ ਅਕਾਲ ਪੁਰਖ ਦੀ, ਕਿਉਂਕਿ ਅਸੀਂ ਯਕੀਨ ਕਰਦੇ ਹਾਂ, ਅਸੀਂ ਵਿਸ਼ਵਾਸ ਕਰਦੇ ਹਾਂ ਆਪਣੇ ਆਪਣੇ ਇਸ਼ਟ ਦੇਵ 'ਤੇ, ਆਪਣੇ ਆਪਣੇ ਗੁਰੂਆਂ 'ਤੇ, ਪੀਰਾਂ ਫਕੀਰਾਂ 'ਤੇ। ਸੋ ਇਸ ਧਰਤੀ 'ਤੇ ਵੀ, ਕਿਉਂਕਿ ਅਜੇ ਤੱਕ ਇਹ ਚੀਜ਼ ਦੀ ਮਾਤਰਾ ਬਹੁਤ ਘੱਟ ਹੈ, ਪਰ ਵਧਣ ਦੇ ਚਾਂਸਿਸ ਹੈ ਜੇ ਤੁਸੀਂ ਬਾਹਰ ਨਿਕਲ ਕੇ ਆਪਣੀ ਇਹ ਮੂਰਖਤਾ ਦਿਖਾਉਂਦੇ ਰਹੇ ਤਾਂ। ਪਲੀਜ਼, ਇਹ ਮੈਂ ਤਾਂ ਮੂਰਖਤਾ ਹੀ ਕਹੂੰਗਾ, ਔਰ ਇਨਸਾਨ ਬਣੋ, ਕਿਉਂਕਿ ਇਨਸਾਨੀਅਤ ਪੈਦਾ ਕਰਕੇ ਮਨੁੱਖਤਾ ਨੂੰ ਬਚਾਉਣ ਦੀ ਜ਼ਰੂਰਤ ਹੈ। ਇਸ ਵੇਲੇ ਮਨੁੱਖਤਾ ਪੂਰੀ ਦੁਨੀਆ ਜਿਹੜੀ ਹੈ, ਸਾਡੀ ਧਰਤੀ ਜਿਹੜੀ ਹੈ, ਮਾਲਕ ਨੇ ਸਾਜੀ ਹੈ, ਸਾਡੇ ਜੀਵਨ ਵਾਸਤੇ ਸਾਜੀ ਵੀ ਹੈ, ਔਰ ਕਿਸੇ ਦਾ ਵੀ ਬੱਚਾ, ਪੁੱਤ, ਧੀ, ਮਾਂ, ਭੈਣ ਨੂੰ ਕੁਛ ਹੁੰਦਾ ਹੈ ਤਾਂ ਸਾਡੇ ਸਾਰੇ ਪਰਿਵਾਰ ਨੂੰ ਹੁੰਦਾ ਹੈ। ਦੁਨੀਆ ਸਾਡਾ ਸਾਰਾ ਪਰਿਵਾਰ ਹੈ। ਸੋ ਇਸ ਪਰਿਵਾਰ ਨੂੰ ਬਚਾਉਣ ਦੀ ਜ਼ਰੂਰਤ ਹੈ ਮੇਰੇ ਮਾਲਕ। ਸੋ ਬਹੁਤ ਕਿਰਪਾ ਰੱਖੇ ਮਾਲਕ, ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ, ਹਰ ਬੁਰੀਆਂ ਨਜ਼ਰਾਂ, ਬੁਰੀਆਂ ਬਲਾਵਾਂ, ਇਲ ਬਲਾਵਾਂ ਤੋਂ ਬਚਾ ਕੇ ਰੱਖੇ, ਇਹਨਾਂ ਮਹਾਂਮਾਰੀਆਂ ਤੋਂ ਬਚਾ ਕੇ ਰੱਖੇ। ਮੇਰੀ ਹੱਥ ਜੋੜ ਕੇ ਬੇਨਤੀ ਹੈ ਮੇਰੇ ਦੋਸਤੋ, ਬਹੁਤ ਕਿਰਪਾ ਕਰੇ, ਬਹੁਤ ਕਿਰਪਾ ਕਰੇ, ਪਲੀਜ਼ ਘਰੋਂ ਬਾਹਰ ਨਾ ਨਿਕਲੋ। ਥੈਂਕ ਯੂ ਸੋ ਮਚ।